ਸਤਸ੍ਰੀ ਅਕਾਲ ਦੋਸਤੋ ਮੈਂ ਪ੍ਰਗਟ ਸਿੰਘ ਪੁੱਲਰ ਵੈਲਕਮ ਕਰਦੇ ਹਾਂ ਤੁਹਾਡਾ ਆਪਣੇ YouTube ਚੈਨਲ ਤੇ ਗਰਮੀਆਂ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ ਹੁਣ ਜਿਹੜੀ ਸਭ ਤੋਂ ਕਾਮਨ ਸਮੱਸਿਆ ਜਿਹੜੀ ਸਾਨੂੰ ਆਉਣੀ ਹੈ ਉਹ ਹੈ ਜੀ ਸਾਡੇ ਪੇਟ ਦੀ ਗਰਮੀ ਦਾ ਵੱਧ ਜਾਣਾ ਸਾਡੇ ਮਿਹਦੇ ਦੀ ਗਰਮੀ ਦਾ ਵੱਧ ਜਾਣਾ ਜਾਂ ਸਾਡੇ ਸਰੀਰ ਦੇ ਵਿੱਚ ਪਿੱਤ ਦਾ ਵੱਧ ਜਾਣਾ ਅਕਸਰ ਇਹ ਇੱਕ ਸ਼ਿਕਾਇਤ ਹੁੰਦੀ ਹੈ ਸਾਡੀ ਜਦੋਂ ਗਰਮੀਆਂ ਸ਼ੁਰੂ ਹੁੰਦੀਆਂ ਨੇ ਕਿ ਸਾਨੂੰ ਭੁੱਖ ਨਹੀਂ ਲੱਗਦੀ ਜਦੋਂ ਤੁਹਾਨੂੰ ਭੁੱਖ ਨਹੀਂ ਲੱਗਦੀ ਇਹ ਇੱਕ ਨਿਸ਼ਾਨੀ ਹੈ ਕਿ ਤੁਹਾਡੇ ਸਰੀਰ ਦੇ ਵਿੱਚ ਗਰਮੀ ਹੈ ਜਿਹੜੀ ਲੋੜ ਤੋਂ ਜ਼ਿਆਦਾ ਵੱਧ ਚੁੱਕੀ ਆ ਤੁਹਾਡੇ ਸਰੀਰ ਦੇ ਵਿੱਚ ਪਿੱਤ ਹੈ ਜਿਹੜਾ ਲੋੜ ਤੋਂ ਜ਼ਿਆਦਾ ਵੱਧ ਚੁੱਕਾ ਹੈ। ਅਗਰ ਤੁਸੀਂ ਇਹਨੂੰ ਸਮੇਂ ਸਿਰ ਜਾਂ ਸਮੇਂ ਤੇ ਠੀਕ ਨਹੀਂ ਕਰਦੇ ਤਾਂ ਅੱਗੇ ਇਸ ਤੋਂ ਬਾਅਦ ਜਦੋਂ ਤੁਸੀਂ ਖਾਣਾ ਥੋੜਾ ਖਾਣੇ ਹੋ ਤੁਹਾਡੇ ਸਰੀਰ ਦੇ ਵਿੱਚ ਕਮਜ਼ੋਰੀ ਆਉਣੀ ਸ਼ੁਰੂ ਹੋ ਜਾਂਦੀ ਹੈ। ਤੁਹਾਨੂੰ ਅਫਰਾਵਾ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਹੈ। ਕਬਜ਼ੀ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸ ਤੋਂ ਬਾਅਦ ਮੂੰਹ ਦੇ ਵਿੱਚ ਛਾਲੇ ਹੋਣਾ, ਨੱਕ ਦਾ ਪੱਕ ਜਾਣਾ, ਬੁੱਲ ਸੁੱਕਦੇ ਰਹਿਣਾ, ਅੱਖਾਂ ਦੇ ਵਿੱਚ ਦਰਦ ਰਹਿਣਾ, ਅੱਖਾਂ ਲਾਲ ਰਹਿਣੀਆਂ, ਚਿਹਰੇ ਤੇ ਬਹੁਤ ਜ਼ਿਆਦਾ ਸੇਕ ਨਿਕਲਣਾ ਸਿਰ ਪੀੜ ਹੋਣਾ ਸਿਰ ਦੇ ਵਿੱਚੋਂ ਸੇਕ ਨਿਕਲਣਾ ਪੈਰਾਂ ਦੀਆਂ ਤਲੀਆਂ ਚੋਂ ਸੇਕ ਨਿਕਲਣਾ ਇਸ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮੂਣਾ ਸਾਹਮਣਾ ਕਰਨਾ ਪੈਂਦਾ ਪਰ ਅਗਰ ਅਸੀਂ ਆਪਣੇ ਘਰ ਦੇ ਵਿੱਚ ਬੜੀਆਂ ਸਿੰਪਲ ਜੀਆਂ ਚੀਜ਼ਾਂ ਦੀ ਵਰਤੋਂ ਕਰ ਲਈਏ ਨਾ ਤਾਂ ਜੋ ਪੇਟ ਦੀ ਗਰਮੀ ਹੈ ਜਾਂ ਮਿਹਦੇ ਦੀ ਗਰਮੀ ਹੈ ਜਾਂ ਸਾਡੇ ਸਰੀਰ ਦੇ ਵਿੱਚ ਪਿੱਤ ਵੱਧ ਜਾਂਦਾ ਹੈ ਗਰਮੀ ਸ਼ੁਰੂ ਹੁੰਦਿਆਂ ਸਾਰੀ ਉਸ ਨੂੰ ਅਸੀਂ 100% ਤੱਕ ਠੀਕ ਕਰ ਸਕਦੇ ਹਾਂ ਨਾ ਕਿ ਸਿਰਫ ਠੀਕ ਕਰ ਸਕਦੇ ਹਾਂ ਬਾਕੀ ਦੀ ਉਮਰ ਦੇ ਲਈ ਵੀ ਉਹ ਸਾਡੇ ਤੋਂ ਬਿਲਕੁਲ ਦੂਰ ਰਹੇਗਾ ਸੋ ਕਹਿਣ ਦਾ ਮਤਲਬ ਵੀ ਇਹ ਪੱਕਾ ਇਲਾਜ ਹੈ ਅਗਰ ਤੁਸੀਂ ਗਰਮੀਆਂ ਦੀ ਸ਼ੁਰੂਆਤ ਦੇ ਵਿੱਚ ਇਹਨਾਂ ਚੀਜ਼ਾਂ ਦਾ ਇਸ ਡਰਿੰਕ ਦਾ ਨੇਚਰਲ ਡਰਿੰਕ ਜੋ ਮੈਂ ਹੁਣ ਬਣਾਉਣ ਜਾ ਰਿਹਾ ਇਸ ਦਾ ਇਸਤੇਮਾਲ ਕਰਦੇ ਹੋ ਨਾ ਤਾਂ ਪੂਰੀ ਗਰਮੀ ਤੁਹਾਡੇ ਸਰੀਰ ਠੰਡਕ ਦੇ ਵਿੱਚ ਰਹੇਗਾ ਜਿਸ ਤਰ੍ਹਾਂ ਪਿਸ਼ਾਬ ਖੱਟਾ ਆਉਣਾ ਵੀ ਇੱਕ ਇਸ ਚੀਜ਼ ਦੀ ਨਿਸ਼ਾਨੀ ਹੈ ਕਿ ਤੁਹਾਡੇ ਸਰੀਰ ਦੇ ਵਿੱਚ ਗਰਮੀ ਜਾਂ ਪਿੱਤ ਦਾ ਜਿਹੜਾ ਉਹ ਵਾਧਾ ਹੋ ਚੁੱਕਾ ਹੈ ਇਸ ਤੋਂ ਅੱਗੇ ਕਪੀਲੀਆ ਦੇ ਰੋਗ ਬਣਦੇ ਨੇ ਹੋਰ ਬਹੁਤ ਭਿਆਨਕ ਰੋਗ ਬਣਦੇ ਨੇ ਜਦੋਂ ਸਾਡਾ ਸਰੀਰ ਦਾ ਪਿੱਤ ਹੈ ਜਿਹੜਾ ਗਰਮੀ ਹੈ ਉਹ ਲੋੜ ਤੋਂ ਜ਼ਿਆਦਾ ਵੱਧ ਜਾਂਦੀ ਹੈ ਸੋ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਆਂ ਜੀ ਇਹ ਹੈ ਕੀ ਚੀਜ਼ ਇਸ ਨੂੰ ਅਸੀਂ ਬੋਲਦੇ ਆਂ ਜੀ ਕਤੀਰਾ ਗੂੰਦ ਦਾ ਫਲੂਦਾ ਜਾਂ ਕਤੀਰਾ ਗੂੰਦ ਦਾ ਰਸ ਜਾਂ ਜੂਸ ਕਹ ਲਓ ਤੁਸੀਂ ਬਣਾਉਣ ਦੇ ਲਈ ਸਾਨੂੰ ਜੋ ਚੀਜ਼ਾਂ ਚਾਹੀਦੀਆਂ ਨੇ ਉਹਨਾਂ ਤੇ ਆਪਾਂ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਆਂ ਸਭ ਤੋਂ ਪਹਿਲੀ ਬੇਸਿਕ ਚੀਜ਼ ਸਾਨੂੰ ਕਤੀਰਾ ਗੂੰਦ ਨੂੰ ਬਣਾਉਣ ਦੇ ਲਈ ਚਾਹੀਦੀ ਹੈ ਕਤੀਰਾ ਗੂੰਦ ਬਾਜ਼ਾਰ ਦੇ ਵਿੱਚੋਂ ਆਸਾਨੀ ਨਾਲ ਮਿਲ ਜਾਂਦੀ ਹੈ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਂਦੀ ਹੈ ਇਹ ਦੁਨੀਆ ਦੀ ਸਭ ਤੋਂ ਵਧੀਆ ਔਸ਼ਧੀ ਹੈ ਜਿਹੜੀ ਪਿੱਤ ਨੂੰ ਠੀਕ ਕਰਨ ਦੇ ਲਈ ਮੰਨੀ ਜਾਂਦੀ ਹੈ ਦੂਸਰਾ ਇਹਦੇ ਵਿੱਚ ਜੋ ਇਹਦੇ ਪੋਜਿਟਿਵ ਗੁਣ ਨੇ ਉਹ ਗਰਮੀਆਂ ਦੇ ਵਿੱਚ ਸਾਡੇ ਆਈ ਹੋਈ ਸਰੀਰ ਦੀ ਕਮਜ਼ੋਰੀ ਨੂੰ ਦੂਰ ਕਰਨ ਦੇ ਲਈ ਬਹੁਤ ਲਾਇਬਤਾਇਕ ਨੇ ਤੀਸਰਾ ਜੇ ਕਿਸੇ ਨੂੰ ਪਿੱਤ ਦੀ ਵਜ੍ਹਾ ਕਰਕੇ ਕਬਜ਼ੀ ਦੀ ਸ਼ਿਕਾਇਤ ਆ ਨੱਕ ਚੋਂ ਨਸੀਰ ਵੀ ਪਿੱਤ ਦੇ ਵਧਨ ਨਾਲ ਹੀ ਆਉਂਦੀ ਹੈ ਸਰੀਰ ਦੀ ਗਰਮੀ ਦੇ ਵਧਨ ਨਾਲ ਹੀ ਆਉਂਦੀ ਹੈ ਉਸ ਚੀਜ਼ ਦਾ ਵੀ ਇਹ 100% ਇਲਾਜ ਕਰਦਾ ਹੈ ਸੋ ਉਸ ਤੋਂ ਅੱਗੇ ਜੋ ਸਾਨੂੰ ਚਾਹੀਦਾ ਆ ਉਹ ਚੀਜ਼ ਹੈਗੀ ਜੀ ਤੁਖ ਮਲੰਗਾ ਦੇ ਬੀਜ ਜਿੰਨੂੰ ਅਸੀਂ ਸਿਆ ਸੀਡ ਬੋਲਦੇ ਆ ਆਮ ਤੌਰ ਤੇ ਇੱਕ ਧਾਰਨਾ ਹੈ ਕਿ ਸ਼ਾਇਦ ਇਹ ਤੁਲਸੀ ਦੇ ਬੀਜ ਨੇ ਬੇਸ਼ੱਕ ਇਹਦਾ ਬੂਟਾ ਜਿਹੜਾ ਤੁਲਸੀ ਦੀ ਤਰ੍ਹਾਂ ਦਾ ਹੁੰਦਾ ਆ ਪਰ ਇਸ ਬੀਜ ਦਾ ਨਾਮ ਤੁਖ ਮਲੰਗਾ ਬੀਜ ਬੋਲਿਆ ਜਾਂਦਾ ਜਾਂ ਸਿਆ ਸੀਡ ਬੋਲਿਆ ਜਾਂਦਾ ਇਸ ਤੋਂ ਅੱਗੇ ਜੋ ਸਾਨੂੰ ਚੀਜ਼ ਚਾਹੀਦੀ ਹੈ ਉਹ ਚਾਹੀਦੀ ਹੈ ਸਾਨੂੰ ਤੁਲਸੀ ਦੇ ਬੀਜ ਤੁਲਸੀ ਦੇ ਬੀਜ ਜਿਹੜੇ ਨੇ ਉਹ ਬਹੁਤ ਜ਼ਿਆਦਾ ਵਧੀਆ ਨੇ ਸਰੀਰ ਦੇ ਵਿੱਚ ਜਿੰਨੀ ਵੀ ਗੰਦਗੀ ਹੈ ਸਰੀਰ ਦੇ ਵਿੱਚ ਜਿੰਨੀ ਵੀ ਆਕਸੀਡੇਸ਼ਨ ਹੋ ਰਹੀ ਹੈ ਉਸ ਨੂੰ ਖਤਮ ਕਰਨ ਦੇ ਲਈ ਤੁਲਸੀ ਦੇ ਬੀਜ ਬਹੁਤ ਜ਼ਿਆਦਾ ਅਹਿਮ ਰੋਲ ਅਦਾ ਕਰਦੇ ਨੇ ਇਸ ਤੋਂ ਅੱਗੇ ਜੋ ਸਾਨੂੰ ਚੀਜ਼ ਚਾਹੀਦੀ ਹੈ ਗੁਲਕੰਦ ਗੁਲਕੰਦ ਪੇਟ ਦੇ ਰੋਗਾਂ ਦੇ ਲਈ ਇੱਕ ਬਹੁਤ ਵਧੀਆ ਔਸ਼ਧੀ ਹੈ ਇਹਦੇ ਨਾਲ ਕਬਜ਼ੀ ਦਾ ਰੋਗ ਤੇ ਸਰੀਰ ਦੀ ਕਮਜ਼ੋਰੀ ਬਹੁਤ ਜ਼ਿਆਦਾ ਜਲਦੀ ਠੀਕ ਹੁੰਦੀ ਹੈ ਦੂਸਰਾ ਜਿੰਨਾ ਲੋਕਾਂ ਨੂੰ ਨਜਲੇ ਦੀ ਪ੍ਰੋਬਲਮ ਹੋਵੇ ਉਹਨਾਂ ਲੋਕਾਂ ਲਈ ਵੀ ਗੁਲਕੰਦ ਜਿਹੜੀ ਆ ਬਹੁਤ ਵਧੀਆ ਮੰਨੀ ਜਾਂਦੀ ਹੈ ਤੀਸਰਾ ਸਾਡੇ ਕੋਲੇ ਚੀਜ਼ ਹੈ ਜੀ ਸ਼ਹਿਦ ਸ਼ਹਿਦ ਇੱਕ ਮਾਤਰ ਦੁਨੀਆ ਦੀ ਐਸੀ ਦਵਾਈ ਆ ਜਿਹੜੀ ਕਦੀ ਖਰਾਬ ਨਹੀਂ ਹੁੰਦੀ ਜਿਹਨੂੰ ਹਰ ਬਿਮਾਰੀ ਦੇ ਲਈ ਵਰਤਿਆ ਜਾਂਦਾ ਹੈ ਇੱਕ ਹੋਰ ਤੁਹਾਨੂੰ ਮੈਂ ਸ਼ਹਿਦ ਦਾ ਗੁਣ ਦੱਸਣਾ ਚਾਹੁੰਨਾ ਹੈ ਅਗਰ ਤੁਸੀਂ ਸ਼ਹਿਦ ਨੂੰ ਠੰਡਿਆਂ ਕਰਕੇ ਵਰਤਦੇ ਹੋ ਇਹਦੀ ਤਸਵੀਰ ਠੰਡੀ ਹੋ ਜਾਂਦੀ ਹੈ ਜੇ ਤੁਸੀਂ ਸ਼ਹਿਦ ਨੂੰ ਗਰਮ ਕਰਕੇ ਵਰਤਦੇ ਹੋ ਤੇ ਇਹਦੀ ਤਸਵੀਰ ਗਰਮ ਹੋ ਜਾਂਦੀ ਸੇਮ ਦੁੱਧ ਤੇ ਸ਼ਹਿਦ ਦੁਨੀਆ ਦੀਆਂ ਦੋ ਹੀ ਐਸਾਈਆਂ ਚੀਜ਼ਾਂ ਨੇ ਜਿਹੜੀਆਂ ਠੰਡੀ ਚੀਜ਼ ਠੰਡੀ ਤਸਵੀਰ ਦੇ ਵਿੱਚ ਵੀ ਉਪਲਬਧ ਨੇ ਤੇ ਗਰਮ ਤਸਵੀਰ ਦੇ ਵਿੱਚ ਵੀ ਉਪਲਬਧ ਨੇ ਉਸ ਤੋਂ ਅੱਗੇ ਸਾਨੂੰ ਚਾਹੀਦਾ ਜੀ ਦੁੱਧ ਇਥੇ ਮੈਂ ਇੱਕ ਚੀਜ਼ ਖਾਸ ਤੌਰ ਤੇ ਦੱਸਣਾ ਚਾਹੁੰਦਾ ਤੁਸੀਂ ਨੋਟ ਰੱਖਿਓ ਕੁਝ ਲੋਕਾਂ ਨੂੰ ਦੁੱਧ ਦੇ ਨਾਲ ਨਜਲਾ ਜਾਂ ਵਾਈ ਦੀ ਦਿੱਕਤ ਦੀ ਸ਼ਿਕਾਇਤ ਹੁੰਦੀ ਹੈ ਦੁੱਧ ਪੀਣ ਨਾਲ ਉਹਨਾਂ ਦਾ ਨਜਲੇ ਜ਼ਿਆਦਾ ਵੱਧ ਜਾਂਦਾ ਹੈ ਜਾਂ ਉਹਨਾਂ ਨੂੰ ਵਾਈ ਦੀ ਸ਼ਿਕਾਇਤ ਜਿਆਦਾ ਵਧਣੀ ਸ਼ੁਰੂ ਹੋ ਜਾਂਦੀ ਹੈ ਸੋ ਅਗਰ ਉਹ ਲੋਕ ਦੁੱਧ ਦਾ ਇਸਤੇਮਾਲ ਨਹੀਂ ਕਰਨਾ ਚਾਹੁੰਦੇ ਤਾਂ ਉਹ ਇਸ ਰਸ ਨੂੰ ਇਸ ਜੂਸ ਨੂੰ ਸ਼ਰਬਤ ਨੂੰ ਦਹੀਂ ਦੇ ਵਿੱਚ ਬਣਾ ਸਕਦੇ ਨੇ ਦਹੀਂ ਦਾ ਵੀ ਇਸਤੇਮਾਲ ਪੇਟ ਦੀਆਂ ਸਾਰੀਆਂ ਬਿਮਾਰੀਆਂ ਨੂੰ ਠੀਕ ਕਰਨ ਦੇ ਲਈ ਕੀਤਾ ਜਾਂਦਾ ਹੈ ਪਿੱਤ ਜੇ ਤੁਹਾਡੇ ਬੇਦੇ ਦੇ ਵਿੱਚ ਗਰਮੀ ਵਧ ਗਈ ਹੈ ਸਾਡੇ ਪ੍ਰਾਣੇ ਲੋਕ ਅਕਸਰ ਹੀ ਕਹੇ ਜਾਂ ਕਰਦੇ ਸਨ ਵੀ ਜਿੰਨਾ ਹੋ ਸਕੇ ਗਰਮੀਆਂ ਦੇ ਵਿੱਚ ਸਾਨੂੰ ਦਹੀਂ ਲੱਸੀ ਪੀਣਾ ਚਾਹੀਦਾ ਹੈ ਇਹਦੀ ਤਸਵੀਰ ਬਹੁਤ ਠੰਡੀ ਹੁੰਦੀ ਹੈ ਦੂਸਰਾ ਇਹ ਬਹੁਤ ਤਾਕਤਵਰ ਹੁੰਦਾ ਹੈ ਕਿਉਂਕਿ ਗਰਮੀ ਦੇ ਵਿੱਚ ਸਾਨੂੰ ਓਨੀਆਂ ਤਾਕਤਵਰੀਆਂ ਚੀਜ਼ਾਂ ਦਾ ਸੇਵਨ ਕਰਨ ਦੇ ਵਿੱਚ ਦਿੱਕਤ ਆਉਂਦੀ ਹੈ ਜਿੰਨਾ ਅਸੀਂ ਸਰਦੀਆਂ ਦੇ ਵਿੱਚ ਕਰ ਪਾ ਸਕਦੇ ਸੀ ਸੋ ਇਸ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਕੀ ਕਰਨਾ ਹੈ ਕਿ ਤੁਸੀਂ ਜੋ ਗਤੀਰਾ ਗੁੰਦਰ ਲਈ ਹੈ ਉਸ ਨੂੰ ਰਾਤ ਭਰ ਤੁਸੀਂ ਇੱਕ ਛੰਨੇ ਦੇ ਵਿੱਚ ਕਹਿ ਦੇ ਛੰਨੇ ਦੇ ਵਿੱਚ ਜਾ ਤੁਸੀਂ ਇੱਕ ਕੋਰੀ ਕੁਜੀ ਦੇ ਵਿੱਚ ਸਿਰਫ ਦੋ ਭਾਂਡੇ ਇਸਤੇਮਾਲ ਕਰ ਸਕਦੇ ਹੋ ਜਾਂ ਕਹਿੰਦਾ ਛੰਨਾ ਜਾਂ ਕੋਰੀ ਕੁਜੀ ਇਹਦੇ ਵਿੱਚ ਤੁਸੀਂ ਦੋ ਚਮਚ ਕਤੀਰਾ ਗੂੰਦ ਦੇ ਪਾ ਦੇ ਨੇ ਤੁਸੀਂ ਦੇਖੋ ਵੱਧ ਤੋਂ ਵੱਧ 4 ਚਮਚ ਪਾਏ ਨੇ ਸਾਰਾ ਪੂਰਾ ਉੱਪਰ ਤੱਕ ਫੁੱਲ ਗਿਆ ਬਹੁਤ ਵਧੀਆ ਇਹ ਬਣ ਗਿਆ ਤੁਸੀਂ ਦੇਖੋ ਜਿਸ ਤਰ੍ਹਾਂ ਕੋਈ ਕੇਕ ਹੁੰਦਾ ਆ ਬੜਾ ਫਲਫੀ ਜਿਹਾ ਪੇਸਟ ਇਹਦਾ ਬਣ ਜਾਂਦਾ ਹੈ ਬਹੁਤ ਖਾਣ ਦੇ ਵਿੱਚ ਟੇਸਟ ਹੈ ਦੂਸਰਾ ਜਿਹੜੇ ਸਾਡੇ ਕੋਲੇ ਸਿਆ ਸੀਡ ਸੀ ਉਹਨਾਂ ਦਾ ਅੱਧਾ ਚਮਚਾ ਲੈ ਕੇ ਤੁਸੀਂ ਉਸ ਨੂੰ ਵੀ ਕਹੇ ਦੀ ਕੌਲੀ ਦੇ ਵਿੱਚ ਜਾਂ ਮਿੱਟੀ ਦੇ ਮਿੱਟੀ ਦੇ ਭਾਂਡੇ ਦੇ ਵਿੱਚ ਰਾਤ ਪਰ ਲਈ ਪਿਆਉ ਦੇਣਾ ਹੈ ਉਹ ਕੁਝ ਇਸ ਤਰ੍ਹਾਂ ਦੇ ਬੀਜ ਬਣ ਜਾਣਗੇ ਕੁਝ ਫਲਾਵਰਡ ਜੇ ਵਾਲੇ ਬੀਜ ਤੀਸਰਾ ਜੋ ਚੀਜ਼ ਅਸੀਂ ਲਈ ਸੀ ਤુલਸੀ ਦੇ ਬੀਜ ਇਹ ਵੀਰ ਜੀ ਬਹੁਤ ਤੈ ਲਲ ਪਿਆਉਣੇ ਆ ਇਹਦੀ ਮਾਤਰਾ ਬਹੁਤ ਥੋੜੀ ਚਾਹੀਦੀ ਹੈ ਅਗਰ ਤੁਹਾਨੂੰ ਮੈਂ ਦੱਸਾਂ ਵੀ ਇਹਨੂੰ ਕਿੰਨਾ ਪਿਆਉਣਾ ਹੈ ਸਿਰਫ ਇੰਨਾ ਕੁ ਜਸਟ ਇੰਨਾ ਕੁ ਹੀ ਚਮਚਾ ਪਿਆਉਣਾ ਹੈ ਤુલਸੀ ਦੇ ਬੀਜਾਂ ਨੂੰ ਇੰਨਾ ਬਹੁਤ ਆ ਇਦੇ ਨਾਲ ਵੀ ਬਹੁਤ ਵਧੀਆ ਸ਼ਰਬਤ ਬਣ ਜਾਂਦਾ ਇਸ ਤੋਂ ਜ਼ਿਆਦਾ ਇਹਨੂੰ ਨਹੀਂ ਪੀਣਾ ਇਹਨਾਂ ਨੂੰ ਵੀ ਰਾਤ ਪਰ ਤੁਸੀਂ ਪਿਉ ਦੇਣਾ ਹੁਣ ਜੋ ਸ਼ੁਰੂਆਤ ਹੈ ਇਹਦੀ ਬਣਾਉਣਾ ਕਿਸ ਤਰ੍ਹਾਂ ਇਹਨੂੰ ਉਹ ਆਪਾਂ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਅਸੀਂ ਜੋ ਸਾਡੇ ਕੋਲੇ ਕਤੀਰਾ ਗੂੰਦ ਹੈ ਉਹਦੇ ਦੋ ਵੱਡੇ ਚਮਚੇ ਅਸੀਂ ਗਲਾਸ ਦੇ ਵਿੱਚ ਲੈ ਲੈਣੇ ਆ ਉਸ ਤੋਂ ਬਾਅਦ ਸਾਡੇ ਕੋਲੇ ਜੋ ਸਿਆ ਸੀਡ ਸੀ ਜਾਂ ਤੁੱਕ ਮਲੰਗਾ ਸੀਡ ਸੀਗੀ ਇਹਦਾ ਅਸੀਂ ਇੱਕ ਚਮਚ ਇਹਦੇ ਵਿੱਚ ਰਲਾ ਦੇਣਾ ਇਸ ਤੋਂ ਬਾਅਦ ਜੋ ਸਾਡੇ ਕੋਲੇ ਤુલਸੀ ਦੇ ਬੀਜ ਨੇ ਉਹਨਾਂ ਦਾ ਪਾਣੀ ਸਮੇਤ ਅਸੀਂ ਇੱਕ ਚਮਚੇ ਦੇ ਵਿੱਚ ਰਲਾ ਦੇਣਾ। ਇਸ ਤੋਂ ਬਾਅਦ ਅਸੀਂ ਗੁਲਕੰਦ ਦਾ ਇੱਕ ਚਮਚ ਜਾਂ ਅੱਧਾ ਚਮਚ ਤੁਸੀਂ ਇਹਦੇ ਵਿੱਚ ਰਲਾ ਸਕਦੇ ਹੋ ਕਿਉਂਕਿ ਮਿੱਠੀ ਹੁੰਦੀ ਹੈ। ਅਗਰ ਤੁਹਾਨੂੰ 슈ਗਰ ਹੈ ਜਾਂ ਡਾਇਬਟੀਜ਼ ਹੈ ਤਾਂ ਤੁਸੀਂ ਇਸ ਦੀ ਮਾਤਰਾ ਘਟਾ ਵੀ ਸਕਦੇ ਹੋ ਜਾਂ ਇਸ ਨੂੰ ਬਗੈਰ ਵਰਤੇ ਤੋਂ ਵੀ ਇਹ ਬਣ ਸਕਦਾ ਹੈ। ਉਸ ਤੋਂ ਅੱਗੇ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਦੁੱਧ ਮਿਕਸ ਕਰਨਾ ਹੁਣ ਦੁੱਧ ਜਾਂ ਦਹੀਂ ਬਸ ਇੰਨਾ ਕੁ ਸਭ ਤੋਂ ਪਹਿਲਾਂ ਇਹਨੂੰ ਅਸੀਂ ਚੰਗੀ ਤਰ੍ਹਾਂ ਰਲਾ ਲੈਣਾ ਕਿਉਂਕਿ ਅਗਰ ਤੁਸੀਂ ਜ਼ਿਆਦਾ ਦੁੱਧ ਪਾ ਲਓਗੇ ਤੇ ਚੰਗੀ ਤਰ੍ਹਾਂ ਮਿਕਸ ਨਹੀਂ ਹੋਏਗਾ। ਇਹਨੂੰ ਅੱਛੇ ਤਰੀਕੇ ਨਾਲ ਮਿਲਾਉਣ ਤੋਂ ਬਾਅਦ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਸ਼ਹਿਦ ਪਾ ਲੈਣਾ ਭਾਵ ਅੱਧੇ ਦਾ ਅੱਧਾ ਚਮਚਾ। ਬਸ। ਸ਼ਹਿਦ ਆਪਣੇ ਆਪ ਵਿੱਚ ਇੱਕ ਸੰਪੂਰਨ ਖਰਾਕ ਹੈ ਜੀ। ਇਹ ਜੇ ਕਿਸੇ ਨੂੰ ਸ਼ਹਿਦ ਲੱਭ ਜਾਵੇ ਨਾ ਤੇ ਉਹਨੂੰ ਇੱਕ ਡੰਗ ਦੀ ਰੋਟੀ ਜਿੰਨੀ ਖਰਾਕ ਦੇ ਦਿੰਦਾ ਹੈ ਉਹਨੂੰ ਕੁਝ ਵੀ ਹੋਰ ਖਾਣ ਦੀ ਲੋੜ ਨਹੀਂ ਪੈਂਦੀ ਹੁਣ ਇਸ ਤੋਂ ਅੱਗੇ ਅਸੀਂ ਇਹਦੇ ਵਿੱਚ ਬਾਕੀ ਦਾ ਗਲਾਸ ਹੈ ਜਿਹੜਾ ਦੁੱਧ ਨਾਲ ਪਰ ਦਵਾਂਗੇ ਹੁਣ ਚਾਹੇ ਤਾਂ ਤੁਸੀਂ ਇਸ ਨੂੰ ਚਮਚੇ ਨਾਲ ਖਾ ਲਵੋ ਚਾਹੇ ਤੁਸੀਂ ਇਸ ਨੂੰ ਪੀ ਲਵੋ ਜਿਸ ਤਰ੍ਹਾਂ ਵੀ ਤੁਸੀਂ ਠੀਕ ਸਮਝਦੇ ਹੋ ਮناسب ਸਮਝਦੇ ਹੋ ਤੁਸੀਂ ਉਸੇ ਤਰੀਕੇ ਨਾਲ ਇਸ ਦਾ ਇਸਤੇਮਾਲ ਕਰ ਸਕਦੇ ਹੋ ਪਰ ਇਹਨੂੰ ਪੀਣਾ ਕਦੋਂ ਹੈ ਤੇ ਕਿੰਨਾ ਪੀਣਾ ਹੈ ਇਸ ਚੀਜ਼ ਦੇ ਬਾਰੇ ਵੀ ਹੁਣ ਮੈਂ ਦੱਸਣਾ ਚਾਹਣਾ ਹੈ ਜਿਹੜਾ ਸਾਡਾ ਸਰੀਰ ਦਾ ਪਿੱਤ ਹੈ ਜਦ ਜਿਹੜੇ ਭਾਵ ਸਾਡੇ ਸਰੀਰ ਦੀ ਗਰਮੀ ਆ ਉਹ ਹਮੇਸ਼ਾ ਗਰਮੀਆਂ ਦੀ ਸ਼ੁਰੂਆਤ ਦੇ ਵਿੱਚ ਹੀ ਵਧਣਾ ਸ਼ੁਰੂ ਕਰ ਦਿੰਦੀ ਹੈ ਦੂਸਰਾ ਪੂਰੇ ਦਿਨ ਦੇ ਵਿੱਚ ਜੋ ਸਾਡੇ ਸਰੀਰ ਦਾ ਪਿੱਤ ਹੈ ਉਹ ਹਮੇਸ਼ਾ ਹੀ ਦੁਪਹਿਰ ਦੇ ਵਕਤ ਸਵੇਰ ਦਾ ਖਾਣਾ ਤੁਸੀਂ ਜਦੋਂ ਖਾ ਲੈਨੇ ਹੋ ਤੇ ਸ਼ਾਮ ਪੈਣ ਤੋਂ ਪਹਿਲਾਂ ਭਾਵ 11 ਵਜੇ ਤੋਂ ਲੈ ਕੇ 5 ਵਜੇ ਤੱਕ ਸਭ ਤੋਂ ਸਿਖਰ ਤੇ ਹੁੰਦਾ ਹੈ ਤੇ ਇੱਕ ਚੀਜ਼ ਹਮੇਸ਼ਾ ਯਾਦ ਰੱਖੋ ਅਗਰ ਤੁਸੀਂ ਪਿੱਤ ਨੂੰ ਠੀਕ ਕਰਨਾ ਹੈ ਤਾਂ ਉਹਨੂੰ ਠੀਕ ਕਰਨ ਦੇ ਲਈ ਜੋ ਵੀ ਤੁਸੀਂ ਨਕਸ਼ੇ ਅਪਣਾਉਣੇ ਨੇ ਜੋ ਵੀ ਤੁਸੀਂ ਦਵਾਈਆਂ ਅਪਣਾਉਣੀਆਂ ਨੇ ਜੋ ਵੀ ਤੁਸੀਂ ਆਯੁਰਵੇਦ ਦੀਆਂ ਸ਼ਰਬਤ ਅਪਣਾਉਣੇ ਨੇ ਉਹ ਸਾਰੇ ਦੇ ਸਾਰੇ ਤੁਸੀਂ ਦੁਪਹਿਰ ਨੂੰ ਹੀ ਵਰਤਣੇ ਨੇ ਅਗਰ ਤੁਸੀਂ ਉਹਨਾਂ ਨੂੰ ਸਵੇਰ ਜਾਂ ਸ਼ਾਮ ਨੂੰ ਵਰਤੋਂਗੇ ਤਾਂ ਉਹ ਪਿੱਤ ਨੂੰ ਕੰਟਰੋਲ ਨਹੀਂ ਕਰਨਗੇ ਪਰ ਕਫ ਜਾਂ ਵాయు ਨੂੰ ਉਲਟਾ ਵਧਾ ਦੇਣਗੇ ਇਸ ਦੇ ਲਈ ਜਦੋਂ ਵాయు ਵਧਦੀ ਹੈ ਰਾਤ ਨੂੰ ਵాయు ਜਿਆਦਾ ਵੱਧਦੀ ਹੈ ਉਸ ਦਾ ਵాయుਦਾਰ ਰਾਤ ਨੂੰ ਇਲਾਜ ਕਰਨਾ ਚਾਹੀਦਾ ਹੈ ਸਵੇਰ ਸ਼ਾਮ ਨੂੰ ਕਫ ਜਿਆਦਾ ਵੱਧਦਾ ਸਾਨੂੰ ਕਫ ਦਾ ਇਲਾਜ ਕਰਨਾ ਚਾਹੀਦਾ ਹੈ ਦੁਪਹਿਰ ਨੂੰ ਪਿੱਤ ਬਹੁਤ ਜਿਆਦਾ ਵੱਧਦਾ ਤਾਂ ਸਾਨੂੰ ਦੁਪਹਿਰ ਨੂੰ ਪਿੱਤ ਦਾ ਹੀ ਇਲਾਜ ਕਰਨਾ ਚਾਹੀਦਾ ਹੈ ਇਹ ਬਹੁਤ ਸਿੰਪਲ ਜੀ ਚੀਜ਼ ਹੈ ਬਹੁਤ ਵਧੀਆ ਸ਼ਰਬਤ ਬਣ ਜਾਂਦਾ ਹੈ ਇਹ ਤੁਸੀਂ ਫਲੂਦੇ ਵਾਲੀਆਂ ਸੇਮੀਆਂ ਦੇ ਵਿੱਚ ਵੀ ਤੁਸੀਂ ਤਿਆਰ ਕਰ ਸਕਦੇ ਹੋ ਪਰ ਮੈਂ ਸਮਝਦਾ ਕਿ ਵਧੇ ਹੋਏ ਪਿੱਤ ਸਾਡੇ ਸਰੀਰ ਦੀ ਵਧੀ ਹੋਈ ਗਰਮੀ ਜਿਸ ਦੀ وجہ ਕਰਕੇ ਸਾਨੂੰ ਭੁੱਖ ਨਹੀਂ ਲੱਗਦੀ ਨੱਕ ਚੋਂ ਨਕਸੀਰ ਆਉਂਦੀ ਹੈ ਸਾਡਾ ਨੱਕ ਪੱਕ ਜਾਂਦਾ ਹੈ ਜੀਭ ਤੇ ਛਾਲੇ ਹੋ ਜਾਂਦੇ ਆ ਮੂੰਹ ਦੇ ਵਿੱਚ ਛਾਲੇ ਹੋ ਜਾਂਦੇ ਆ ਅੱਖਾਂ ਚੋਂ ਸੇਕ ਨਿਕਲਦਾ ਹੈ ਚਿਹਰੇ ਤੋਂ ਸੇਕ ਨਿਕਲਦਾ ਹੈ ਸਿਰ ਦੇ ਵਿੱਚੋਂ ਤਪਸ਼ ਮਹਿਸੂਸ ਹੁੰਦੀ ਹੈ ਤਲੀਆਂ ਚੋਂ ਸੇਕ ਨਿਕਲਦਾ ਸਰੀਰ ਚੋਂ ਸੇਕ ਨਿਕਲਦਾ ਇਹ ਸਾਰੀਆਂ ਵਧੇ ਹੋਏ ਪਿੱਤ ਦੀਆਂ ਨਿਸ਼ਾਨੀਆਂ ਨੇ ਇਸ ਨੂੰ 100% ਤੱਕ ਇਹ ਚੀਜ਼ ਠੀਕ ਕਰ ਸਕਦੀ ਹੈ ਇੱਕ ਹਫਤਾ ਲਗਾਤਾਰ ਪੀ ਲੋ ਅਗਰ ਤੁਹਾਨੂੰ ਨਜ਼ਲੇ ਦੀ شکایت ਹੈ ਮੈਂ ਪਹਿਲਾਂ ਵੀ ਦੱਸ ਚੁੱਕਾ ਹਾਂ ਅਗਰ ਤੁਹਾਨੂੰ ਰੇਸ਼ਾ ਬਣਨ ਦੀ ਦਿੱਕਤ ਹੈ ਖਾਸ ਤੌਰ ਤੇ ਜੇ ਕਿਸੇ ਨੂੰ ਦੁੱਧ ਤੋਂ ਰੇਸ਼ਾ ਬਣਦਾ ਤਾਂ ਉਹ ਇਸ ਸ਼ਰਬਤ ਨੂੰ ਬਣਾਉਣ ਦੇ ਲੱਗਿਆ ਦੁੱਧ ਦਾ ਇਸਤੇਮਾਲ ਨਾ ਕਰਨ ਦੁੱਧ ਦੀ ਜਗ੍ਹਾ ਤੇ ਦਹੀਂ ਦਾ ਇਸਤੇਮਾਲ ਕਰਨ ਦਹੀਂ ਦੀ ਜਿਹੜੀ ਤਸਵੀਰ ਹੁੰਦੀ ਹੈ ਉਹ ਠੰਡੀ ਜ਼ਰੂਰ ਹੁੰਦੀ ਹੈ ਪਰ ਉਹ ਕਿਸੇ ਤਰੀਕੇ ਨਾਲ ਵੀ ਕਫ ਨੂੰ ਜਾਂ ਵాయు ਨੂੰ ਨਹੀਂ ਵਧਾਉਂਦੀ ਪਿਤ ਨੂੰ ਜ਼ਰੂਰ ਘਟਾਉਂਦੀ ਹੈ ਲੱਸੀ ਦੇ ਵਿੱਚ ਤੁਸੀਂ ਤਿਆਰ ਨਹੀਂ ਕਰ ਸਕਦੇ ਹੋਰ ਬਾਕੀ ਚੀਜ਼ਾਂ ਤੁਸੀਂ ਇਹਦੇ ਬਦਲ ਦੇ ਰੂਪ ਵਿੱਚ ਨਹੀਂ ਲੈ ਸਕਦੇ ਜਿਹੜਾ ਸ਼ਰਬਤ ਹੈ ਅਗਰ ਉਹਦੇ ਵਿੱਚ ਗੁਲਕੰਦ ਪਾਉਣੀ ਹੈ ਜੇ ਤੁਹਾਨੂੰ 슈ਗਰ ਜਾਂ ਡਾਇਬਟੀਜ਼ ਹੈ ਤਾਂ ਤੁਸੀਂ ਗੁਲਕੰਦ ਤੋਂ ਪਰਹੇਜ਼ ਕਰੋ ਸ਼ਹਿਦ ਦੀ ਮਾਤਰਾ ਤੁਸੀਂ ਵਰਤ ਸਕਦੇ ਹੋ ਕਿਉਂਕਿ ਸ਼ਹਿਦ ਪੀਣ ਦੇ ਨਾਲ ਡਾਇਬਟੀਜ਼ ਜਾਂ 슈ਗਰ ਦੀ ਦਿੱਕਤ ਜਿਹੜੀ ਨਹੀਂ ਆਉਂਦੀ ਸੋ ਉਮੀਦ ਕਰਦੇ ਹਾਂ ਇਹ ਇਸ ਇਲਾਜ ਨੂੰ ਤੁਸੀਂ ਖੁਦ ਵੀ ਅਪਣਾਵੋਗੇ ਇਸ ਵੀਡੀਓ ਨੂੰ ਹੋਰ ਨਾਲ ਲੋਕਾਂ ਤੱਕ ਵੀ ਮੈਕਸਿਮਮ ਸ਼ੇਅਰ ਕਰਿਓ WhatsApp ਤੇ Facebook ਤੇ YouTube ਤੇ ਤਾਂ ਕਿ ਉਹਨਾਂ ਲੋਕਾਂ ਦਾ ਜੋ ਸਾਡੇ ਘਰ ਦੇ ਵਿੱਚ ਆਉਛਦੀਆਂ ਪਈਆਂ ਨੇ ਉਹਨਾਂ ਨਾਲ ਹੀ ਬੈਨੀਫਿਟ ਹੋ ਸਕੇ ਥੈਂਕ ਯੂ ਜੀ